हेलो, नमस्कार अते सत श्री अकाल। प्यारे विद्यार्थियों अते मेरे अध्यापक साथियों, मैं प्रभूषण उर्फ बिंटू चौधरी, कंप्यूटर अध्यापक सरकारी सीनियर सैकेंडरी स्मार्ट स्कूल खोखर, श्री मुक्तसर साहब तो। मैं विद्यार्थियों के हित नूं मुख रखदिया होया विद्यार्थियों लई ऑनलाइन एडिटर का निर्माण किया है, जिस विच जिन्हां विद्यार्थियों कोल घर विच कंप्यूटर नहीं है, हुण उह विद्यार्थी अपने मोबाइल के जरिए भी साढ़े स्कूल की वैबसाइट GSSSKhokhar.com ਨੂੰ ਵਿਜ਼ਿਟ ਕਰਕੇ ਆਨਲਾਈਨ ਐਡੀਟਰ ਦੀ ਵਰਤੋਂ ਕਰਦਿਆਂ ਹੋਇਆਂ HTML ਦੀ ਪ੍ਰੈਕਟੀਕਲ ਪ੍ਰੋਗਰਾਮਿੰਗ ਕਰ ਸਕਦੇ ਹਨ। ਇਹ ਐਡੀਟਰ HTML, CSS ਅਤੇ C ਪ੍ਰੋਗਰਾਮਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ 10ਵੀਂ ਤੋਂ 12ਵੀਂ ਦੇ ਸਿਲੇਬਸ ਅਨੁਸਾਰ ਤਿਆਰ ਕੀਤਾ ਗਿਆ ਹੈ। ਵਿਦਿਆਰਥੀਓ, ਹੁਣ ਇਸ HTML ਐਡੀਟਰ ਤੱਕ ਕਿਵੇਂ ਵਿਜ਼ਿਟ ਕੀਤਾ ਜਾਵੇ, ਉਸ ਲਈ ਅਸੀਂ ਆਪਣੇ ਮੋਬਾਈਲ ਜਾਂ ਆਪਣੇ ਕੰਪਿਊਟਰ 'ਤੇ ਗੂਗਲ 'ਚ ਸਰਚ GSSKhokhar.com ਨੂੰ ਸਰਚ ਕਰਾਂਗੇ। ਇਸ ਦਾ ਪਹਿਲਾ ਲਿੰਕ ਨੂੰ ਓਪਨ ਕਰ ਲਾਂਗੇ। ਸਾਹਮਣੇ ਦਿਖਾਈ ਦੇ ਰਹੇ ਮੀਨੂ ਬਾਰ ਵਿੱਚੋਂ ਅਸੀਂ ਸਟੱਡੀ ਮੀਨੂ ਵਿੱਚ ਜਾ ਕੇ ਪ੍ਰੋਗਰਾਮਿੰਗ 'ਤੇ ਕਲਿੱਕ ਕਰਾਂਗੇ, ਜਾਂ ਠੀਕ ਇਸ ਦੇ ਨੀਚੇ ਪ੍ਰੋਗਰਾਮਿੰਗ 9ਵੀਂ ਤੋਂ 12ਵੀਂ ਬਟਨ 'ਤੇ ਕਲਿੱਕ ਕਰਕੇ ਵੀ ਅਸੀਂ ਪ੍ਰੋਗਰਾਮਿੰਗ ਪੇਜ ਤੱਕ ਵਿਜ਼ਿਟ ਕਰ ਸਕਦੇ ਹਾਂ। ਇਸ ਵਿੱਚ ਅਸੀਂ HTML 5 ਆਈਕਨ 'ਤੇ ਕਲਿੱਕ ਕਰਾਂਗੇ। ਇਸ ਨਾਲ ਸਾਡੇ ਕੋਲ HTML ਟਿਊਟੋਰੀਅਲ ਵਾਲਾ ਪੇਜ ਓਪਨ ਹੋ ਜਾਏਗਾ। ਤੁਸੀਂ ਇਸ ਪੇਜ ਨੂੰ ਡਾਇਰੈਕਟ ਵੀ ਵਿਜ਼ਿਟ ਕਰ ਸਕਦੇ ਹੋ, ਉਸ ਲਈ ਤੁਸੀਂ GSSKhokhar.com/HTML/enter ਦਬਾਓਗੇ ਤਾਂ ਤੁਹਾਡੇ ਕੋਲ ਇਹ ਡਾਇਰੈਕਟ ਪੇਜ ਓਪਨ ਹੋ ਜਾਏਗਾ। ਇਸ ਪੇਜ ਵਿੱਚ ਤੁਹਾਨੂੰ ਦੋ ਪੇਨ ਨਜ਼ਰ ਆਉਣਗੇ, ਰਾਈਟ ਪੇਨ ਸੱਜਾ ਪਾਸਾ ਜਿਸ ਵਿੱਚ HTML ਦੇ ਟੋਪਿਕ, ਖੱਬਾ ਪਾਸਾ ਲੈਫਟ ਪੇਨ ਜਿਸ ਵਿੱਚ ਤੁਹਾਨੂੰ ਟੋਪਿਕ ਦੀ ਡਿਟੇਲ ਨਜ਼ਰ ਆਵੇਗੀ। ਰਾਈਟ ਪੇਨ ਦੇ ਨੀਚੇ HTML ਟੈਗ, ਜੋ ਹੁਣ ਤੱਕ HTML ਵਿੱਚ ਜਿੰਨੇ ਵੀ ਟੈਗ ਵਰਤੇ ਜਾਂਦੇ ਹਨ, ਡੌਕ ਟਾਈਪ, ਐਂਕਰ ਟੈਗ, ਐਡਰੈਸ, ਐਪਲੈਟ, ਬੀ ਟੈਗ, ਬੇਸ, ਬਿਗ ਟੈਗ, ਸਾਰੇ ਹੀ ਟੈਗ HTML ਦੇ ਇਸ ਵਿੱਚ ਐਡ ਕਰ ਦਿੱਤੇ ਗਏ ਹਨ। ਉਸ ਤੋਂ ਠੀਕ ਨੀਚੇ HTML ਦੀਆਂ ਸਾਰੀਆਂ ਇਗਜ਼ਾਮਪਲਾਂ ਵੀ ਤੁਸੀਂ ਇੱਥੋਂ ਵਿਜ਼ਿਟ ਕਰ ਸਕਦੇ ਹੋ। ਤੁਸੀਂ ਕਿਸੇ ਵੀ ਟੋਪਿਕ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ, ਟੋਪਿਕ 'ਤੇ ਕਲਿੱਕ ਕਰਕੇ ਤੁਸੀਂ ਉਸ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹੁਣ ਅਸੀਂ HTML ਐਡੀਟਰ ਦੀ ਆਨਲਾਈਨ ਵਰਤੋਂ ਕਿਵੇਂ ਕਰਾਂਗੇ ਉਹ ਸਿੱਖਾਂਗੇ। ਉਸ ਲਈ ਤੁਸੀਂ ਕਿਸੇ ਵੀ ਟੋਪਿਕ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਲਾਈਵ ਹੁਣ ਤੁਸੀਂ ਇਸ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਆਨਲਾਈਨ ਐਡੀਟਰ ਓਪਨ ਹੋ ਜਾਵੇਗਾ। ਇਹ ਇੱਕ ਸਿੰਪਲ ਸਧਾਰਨ ਜਿਹਾ HTML ਦਾ ਪ੍ਰੋਗਰਾਮ ਹੈ, ਜਿਸ ਵਿੱਚ ਫਸਟ ਲਾਈਨ ਡੌਕ ਟਾਈਪ HTML, ਇਸ ਲਾਈਨ ਦਾ ਮਤਲਬ ਤੁਸੀਂ HTML 5.0 ਵਰਤ ਰਹੇ ਹੋ। ਉਸ ਤੋਂ ਬਾਅਦ HTML ਟੈਗ HTML ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਨੂੰ ਦਰਸਾਉਂਦਾ ਹੈ। ਹੈਡ ਟੈਗ ਉਸਦਾ ਸਬ ਟੈਗ ਟਾਈਟਲ, ਟਾਈਟਲ ਵਿੱਚ ਸਿੰਪਲ HTML ਪ੍ਰੋਗਰਾਮ ਦਿੱਤਾ ਹੈ, ਹੈਡ ਬੰਦ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਬੋਡੀ, ਬੋਡੀ ਵਿੱਚ ਅਸੀਂ ਇੱਕ ਸਿੰਪਲ HTML ਪ੍ਰੋਗਰਾਮ ਜਿਸ ਵਿੱਚ ਅਸੀਂ H1 ਦੀ ਵਰਤੋਂ ਕੀਤੀ ਹੈ, ਇਸ ਨੂੰ ਅਸੀਂ ਅਪਡੇਟ ਕਰਦੇ ਹਾਂ। ਦਿਸ ਇਜ਼ ਮਾਈ ਫਸਟ HTML ਪ੍ਰੋਗਰਾਮ ਲਿਖਣ ਉਪਰੰਤ ਅਸੀਂ ਰਨ ਬਟਨ 'ਤੇ ਕਲਿੱਕ ਕਰਾਂਗੇ ਅਤੇ ਇਸ ਦੀ ਆਉਟਪੁੱਟ ਤੁਸੀਂ ਨਾਲ ਦੇ ਫਰੇਮਵਰਕ ਵਿੱਚ ਵੇਖੋਗੇ। ਇਹ ਇੱਕ ਆਨਲਾਈਨ HTML ਐਡੀਟਰ ਹੈ। ਇਸ ਦੀ ਵਰਤੋਂ ਵਿਦਿਆਰਥੀ ਆਪਣੀ HTML ਕੋਡਿੰਗ ਕਰਨ ਲਈ ਕਰ ਸਕਦੇ ਹਨ। ਇਸ ਵਿੱਚ ਤੁਸੀਂ HTML CSS ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੋਈ ਵੀ ਕੋਡ ਨੂੰ ਕਾਪੀ ਕਰਨਾ ਚਾਹੁੰਦੇ ਹੋ ਤਾਂ ਨਾਲ ਦੇ ਬਟਨ 'ਤੇ ਕਲਿੱਕ ਕਰਕੇ ਕਾਪੀ ਕਰ ਸਕਦੇ ਹੋ। ਤੁਸੀਂ ਆਪਣੇ ਬਣਾਏ ਹੋਏ ਪ੍ਰੋਗਰਾਮ ਨੂੰ ਡਾਊਨਲੋਡ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਡਾਊਨਲੋਡ ਵਾਲੇ ਬਟਨ 'ਤੇ ਕਲਿੱਕ ਕਰੋ। ਠੀਕ, ਇਹ ਡਾਊਨਲੋਡ ਹੋ ਗਿਆ। ਇਸ ਤੋਂ ਬਾਅਦ ਤੁਸੀਂ ਮੋਬਾਈਲ ਵਿਊ ਜਾਂ ਡੈਸਕਟੋਪ ਵਿਊ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨੈਕਸਟ ਕਰਕੇ ਨੈਕਸਟ ਪ੍ਰੋਗਰਾਮ ਵੀ ਵੇਖ ਸਕਦੇ ਹੋ। ਸ਼ੇਅਰਿੰਗ, ਫੇਸਬੁੱਕ 'ਤੇ ਸ਼ੇਅਰ, ਵਟਸਐਪ, ਟਵਿੱਟਰ, ਕੋਪੀ ਲਿੰਕ, ਜੀਮੇਲ ਜਾਂ ਇਹ URL ਨੂੰ ਕਾਪੀ ਕਰ ਸਕਦੇ ਹੋ। URL ਕਾਪੀ URL 'ਤੇ ਕਲਿੱਕ ਕਰਕੇ ਹੈਲਪ ਲਈ ਤੁਸੀਂ ਹੈਲਪ ਨਾਂ ਦੇ ਬਟਨ 'ਤੇ ਕਲਿੱਕ ਕਰਕੇ ਹੈਲਪ ਲੈ ਸਕਦੇ ਹੋ।
हेल्प विच इन्ना का दस्या गया है कि ऑनलाइन एडिटर की है, एचटीएमएल की है, उसके सिंटैक्स की हैं, फंडामेंटल टैग की होंगे, एक छोटा जहा प्रोग्राम एग्जाम्पल के तौर पर बना दिता गया है, रन बटन पर क्लिक करके इसमें चला सकते हैं। ये साढ़े को एक ऑनलाइन एचटीएमएल एडिटर, इस दी वरतों करके विद्यार्थी एचटीएमएल विच महारत हासिल कर सकते हैं। उम्मीद है यह ऑनलाइन एडिटर विद्यार्थियों की कंप्यूटर विषय की पढ़ाई विच लिखती अते प्रोग्राम पक्ष तो सहायक सिद्ध होगा। थैंक यू।